ਆਪਣੀ ਆਜ਼ਾਦੀ ਦਾ 73ਵਾਂ ਸਾਲ ਮਨਾ ਰਹੇ ਹਾਂ। ਅੱਜ ਦੇ ਦਿਨ 73 ਸਾਲ ਪਹਿਲਾਂ ਹਿੰਦੁਸਤਾਨ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚੋਂ ਨਿਕਲਿਆ ਸੀ, ਆਜ਼ਾਦ ਹੋਇਆ ਸੀ ਮੁਲਕ, ਅਸੀਂ ਖੁਦ ਮੁਖਤਿਆਰ ਬਣੇ ਸੀ। ਇਹ ਬੜੇ ਸੰਘਰਸ਼ ਤੋਂ ਬਾਅਦ ਇਹ ਗੱਲ ਹੋਈ ਸੀ। ਬਹੁਤ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਬਹੁਤ ਲੋਕ ਸ਼ਹੀਦ ਹੋਏ, ਬਹੁਤ ਲੋਕ ਜੇਲ੍ਹਾਂ ਦੇ ਵਿੱਚ ਪੂਰੀ ਉਮਰ ਗੁਜ਼ਾਰੀ। ਜੈਸੇ ਕਾਲੀ ਪਾਣੀ ਦੀ ਸਜ਼ਾ ਹੁੰਦੀ ਸੀ ਐਂਡਮਨ ਆਈਲੈਂਡ ਵਗੈਰਾ ਵਿੱਚ, ਉਹ ਸਾਰੀਆਂ ਚੀਜ਼ਾਂ ਨੂੰ ਲੋਕ ਸਾਡੇ ਪਹਿਲੀ ਪੀੜ੍ਹੀ ਜਿਹੜੀ ਸੀ ਸਾਡੇ ਤੋਂ, ਇਹ ਜੰਗ ਲੜਦੇ ਲੜਦੇ ਇਹਨਾਂ ਨੇ ਸਾਨੂੰ ਸਾਡਾ ਮੁਲਕ ਆਜ਼ਾਦ ਕਰਾਇਆ ਸੀ। ਇੱਕ ਵਾਰ ਤਾਂ ਉਹਨਾਂ ਨੂੰ ਵੀ ਯਾਦ ਰੱਖੀਏ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ। ਔਰ ਜਿਹੜੇ ਉਹਨਾਂ ਦੀ ਸੋਚ ਸੀ ਸਾਡੇ ਮੁਲਕ ਲਈ, ਸਾਡੇ ਪੰਜਾਬ ਲਈ, ਉਹ ਸੋਚ ਨੂੰ ਵੀ ਅਸੀਂ ਪੂਰਾ ਕਰੀਏ। ਉਹ ਚਾਹੁੰਦੇ ਸੀ ਕਿ ਇੱਕ ਨਵਾਂ ਹਿੰਦੁਸਤਾਨ ਬਣੇ ਜਿਹਦੇ ਵਿੱਚ ਲੋਕਾਂ ਦਾ ਭਵਿੱਖ ਬਣੇ, ਸਾਡੇ ਬੱਚਿਆਂ ਦਾ ਭਵਿੱਖ ਬਣੇ, ਔਰ ਜਿਹੜਾ ਆਰਥਿਕ ਤੌਰ 'ਤੇ ਮਜ਼ਬੂਤ ਹੋਵੇ। ਅਸੀਂ ਹੁਣ ਨੌਕਰੀਆਂ ਦਾ ਪ੍ਰਬੰਧ, ਇਹ ਜਿਹੜਾ ਕਰਜ਼ਾ ਮਾਫ਼ੀ ਹੈ, ਹੋਰ ਚੀਜ਼ਾਂ ਜਿਹੜੀਆਂ ਅਸੀਂ ਇੰਡਸਟਰੀ ਲਿਆਉਣਾ ਚਾਹੁੰਦੇ ਹਾਂ। ਸਾਡੀ ਜਿਹੜੀ ਆਰਥਿਕਤਾ ਪੰਜਾਬ ਦੀ ਇੰਨੀ ਅੱਛੀ ਨਹੀਂ, ਜੋ 10 ਸਾਲ ਬਾਅਦ ਅਸੀਂ ਸਾਂਭਿਆ ਇਸ ਹਕੂਮਤ ਨੂੰ, 2 ਲੱਖ ਕਰੋੜ ਦੇ ਕਰੀਬ ਸਾਡਾ ਕਰਜ਼ਾ ਰਿਹਾ, ਲੇਕਿਨ ਉਹਦੇ ਬਾਵਜੂਦ ਲੋਕ ਆ ਰਹੇ ਨੇ, ਲੋਕਾਂ ਨੂੰ ਸਾਡੀ ਸਰਕਾਰ 'ਤੇ ਵਿਸ਼ਵਾਸ ਹੈ। ਔਰ ਤੁਹਾਨੂੰ ਖੁਸ਼ੀ ਹੋਏਗੀ ਇਹ ਸੁਣ ਕੇ ਕਿ 50,000 ਕਰੋੜ ਦੇ ਕਰੀਬ ਸਾਡਾ ਪੈਸਾ ਧਰਤੀ ਦੇ ਉੱਪਰ ਲੱਗ ਚੁੱਕਿਆ ਨਵੀਂ ਫੈਕਟਰੀਆਂ ਦਾ। ਔਰ ਫੈਕਟਰੀਆਂ ਤੋਂ ਇਸ ਤੋਂ ਇਲਾਵਾ ਬਹੁਤ ਲੋਕ ਹੋਰ ਆ ਰਹੇ ਨੇ ਜੋ ਬਾਹਰੋਂ, ਜੋ ਪੰਜਾਬ ਨੂੰ ਦੇਖ ਰਹੇ ਨੇ ਕਿ ਅਸੀਂ ਇਸ ਪੰਜਾਬ ਦੇ ਵਿੱਚ ਜਾ ਕੇ ਅਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ। ਅਗਰ ਇਹ ਹੋ ਜਾਏ ਔਰ ਇਸ 2 ਸਾਲਾਂ ਦੇ ਵਿੱਚ ਅਸੀਂ ਇਸ ਨੂੰ 2 ਲੱਖ ਕਰੋੜ ਤਾਂ ਪਹੁੰਚਾ ਦਈਏ, ਤਾਂ ਬੱਚਿਆਂ ਦਾ ਇੱਥੇ ਪੰਜਾਬ ਦੇ ਵਿੱਚ ਹੀ ਭਵਿੱਖ ਹੋਵੇ। ਅਸੀਂ ਇਨਵੈਸਟ ਪੰਜਾਬ ਪ੍ਰੋਗਰਾਮ ਚਲਾਇਆ ਕਿਉਂਕਿ ਹਰ ਪਿੰਡ ਦੇ ਵਿੱਚ ਹੁਣ ਬੜੇ ਸਾਡੇ ਬੱਚੇ ਪੜ੍ਹ ਕੇ ਨਿਕਲਦੇ ਨੇ, ਉਹਨਾਂ ਨੂੰ ਨੌਕਰੀਆਂ ਨਹੀਂ ਚਾਹੁੰਦੀਆਂ। ਮੈਂ ਇਸ ਸਾਲ ਇਹ 2 ਸਾਲਾਂ ਦੇ ਵਿੱਚ ਅਸੀਂ ਜੋਬ ਮੇਲਾ ਚਲਾਏ ਨੇ, ਹੁਣ 5ਵਾਂ ਜੋਬ ਮੇਲਾ ਅਸੀਂ ਚਲਾਉਣ ਲੱਗੇ ਹਾਂ। ਕੋਈ 4.5 ਲੱਖ ਦੇ ਕਰੀਬ ਬੱਚਿਆਂ ਨੂੰ ਅਸੀਂ ਨੌਕਰੀ ਦੇ ਚੁੱਕੇ ਹਾਂ ਇਸ ਵਿੱਚ। ਤੁਹਾਨੂੰ ਇਹ ਪਤਾ ਨਹੀਂ ਸ਼ਾਇਦ ਕਿ ਅਸੀਂ ਡੇਲੀ ਇਸ ਨੂੰ ਚੈੱਕ ਕਰਦੇ ਹਾਂ ਔਰ 1,000 ਬੱਚਾ ਡੇਲੀ ਸਾਡਾ ਇੱਥੇ ਪੰਜਾਬ ਦੇ ਵਿੱਚ ਨੌਕਰੀ ਦੇ ਵਿੱਚ ਭਰਤੀ ਹੋ ਰਿਹਾ। ਔਰ ਇਸੇ ਤਰੀਕੇ ਨਾਲ ਹੁਣ ਅਗਲਾ ਜਿਹੜਾ ਜੋਬ ਮੇਲਾ, ਜਿਹਦੇ ਵਿੱਚ ਅਸੀਂ 2 ਲੱਖ ਦੇ ਕਰੀਬ ਬੱਚੇ ਚਾਹੁੰਦੇ ਹਾਂ ਕਿ ਉਹਦੇ ਵਿੱਚ ਨੌਕਰ ਹੋਣ, ਉਹ ਕੁਝ ਦਿਨਾਂ ਦੇ ਵਿੱਚ ਆਉਣ ਲੱਗੇ। ਰੋਡ ਸੁਣਦਾ ਰਹਿੰਦਾ ਕਿ ਲੋਕ ਕੋਈ ਵਿਦੇਸ਼ ਜਾਣਾ ਚਾਹੁੰਦਾ, ਕੋਈ ਕਿਤੇ ਜਾਣਾ ਚਾਹੁੰਦਾ। ਅਗਰ ਅਸੀਂ ਉਹ ਨੌਕਰੀਆਂ ਦਾ ਪ੍ਰਬੰਧ ਪੂਰੇ ਹੀ ਕਰ ਦਈਏ, ਫਿਰ ਕਿਸੇ ਨੂੰ ਜਾਣ ਦੀ ਲੋੜ ਨਹੀਂ, ਆਪਣੇ ਪਰਿਵਾਰਾਂ ਨਾਲ ਰਹਿਣਗੇ ਔਰ ਉਹਨਾਂ ਦਾ ਇੱਥੇ ਕੋਈ ਭਵਿੱਖ ਬਣਾ ਸਕਦੇ। ਔਰ ਇਹੀ ਸਾਡੇ ਪੰਜਾਬ ਦੇ ਲੋਕ ਚਾਹੁੰਦੇ ਸੀ। ਪੰਜਾਬੀਆਂ ਨੇ, ਛੋਟਾ ਜਿਹਾ ਸੂਬਾ ਸੀ, ਲੇਕਿਨ ਤੁਸੀਂ ਅਗਰ ਐਂਡਮਨ ਆਈਲੈਂਡ ਜਾਓ ਔਰ ਸੈਲੂਲਰ ਜੇਲ੍ਹ ਦੇ ਵਿੱਚ ਦੇਖੋਗੇ, ਤਾਂ ਉੱਥੇ ਸੈਂਕੜੇ ਇਨਾਮ ਸਾਡੇ ਪੰਜਾਬੀਆਂ ਦੇ ਜੋ ਕਾਲਾ ਪਾਣੀ ਦੀ ਸਜ਼ਾ ਗਏ ਸੀ ਔਰ ਕਦੇ ਮੁੜ ਕੇ ਨਹੀਂ ਆਏ। ਤਾਂ ਇਹ ਸਾਰੀਆਂ ਗੱਲਾਂ ਆਪਾਂ ਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ ਇਸ ਦਿਨ 'ਤੇ। ਔਰ ਉਹ ਪੰਜਾਬ ਜਿਹੜੀ ਉਹਨਾਂ ਦੀ ਸੋਚ ਸੀ, ਉਹ ਪੰਜਾਬ ਨੂੰ ਆਪਾਂ ਇੱਕ ਵਾਰ ਫੇਰ ਬਣਾਈਏ। ਇੱਥੇ ਮੁਸੀਬਤਾਂ ਬੜੀਆਂ ਨੇ, ਬੜੀ ਔਖੀ ਘੜੀ ਦੇ ਵਿੱਚੋਂ ਅਸੀਂ ਲੰਘੇ, ਲੇਕਿਨ ਉਹ ਹੁਣ ਸੁਧਰਿਆ ਕੰਮ। ਔਰ ਇਹ ਨਾ ਭੁੱਲੋ ਕਿ ਸਭ ਤੋਂ ਵੱਡਾ ਅੱਜ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪੁਰਬ ਐਤਕੀ ਮਨਾ ਰਹੇ ਅਸੀਂ। ਕਰਤਾਰਪੁਰ ਸਾਹਿਬ ਜੋ ਸਿੱਖਾਂ ਦੀ ਅਰਦਾਸ ਦੇ ਵਿੱਚ ਹੁੰਦਾ ਸੀ ਕਿ ਅਸੀਂ ਜਾਣਾ ਚਾਹੁੰਦੇ ਹਾਂ ਉੱਥੇ, ਦਰਸ਼ਨ ਦੀਦਾਰ ਖੁੱਲ੍ਹੇ ਹੋਣ, ਉਹਦਾ ਹੁਣ ਕੰਮ ਸ਼ੁਰੂ ਹੋ ਗਿਆ। ਮੈਂ ਆਸ ਕਰਦਾ ਕਿ ਜਲਦੀ ਪਾਕਿਸਤਾਨ ਸਰਕਾਰ ਇਸ ਗੱਲ ਨੂੰ ਸਿਰੇ ਚੜ੍ਹਾਏ ਔਰ ਅਸੀਂ ਸਾਡੇ ਲੋਕ ਜਥੇ ਜਾ ਕੇ ਉੱਥੇ ਮੱਥਾ ਟੇਕ ਸਕਣ। ਇਸ ਦੇ ਨਾਲ ਹੀ ਸਾਡੇ ਸੁਲਤਾਨਪੁਰ ਲੋਧੀ ਦੇ ਵਿੱਚ, ਡੇਰਾ ਬਾਬਾ ਨਾਨਕ ਦੇ ਵਿੱਚ, ਸਾਰੇ ਕਿਤੇ ਅਸੀਂ ਆਪਣਾ ਕੰਮਕਾਰ ਸ਼ੁਰੂ ਕੀਤਾ ਹੋਇਆ ਔਰ ਉਹ ਸਾਰਾ ਤਿਆਰੀ ਉੱਥੇ ਉਦੋਂ ਤਾਂ ਹੀ ਹੋ ਜਾਣੀ ਹੈ। ਪਰ ਇਹ ਇਸ ਦਿਨ 'ਤੇ
ਮੈਂ ਸਾਰੀ ਦੁਨੀਆ ਦੇ ਵਿੱਚ ਜੋ ਸਾਡੇ ਲੋਕ ਵਸੇ ਨੇ ਉਹਨਾਂ ਨੂੰ ਮੈਂ ਵਧਾਈ ਦਿੰਦਾ ਔਰ ਮੈਂ ਆਸ ਕਰਦਾ ਕਿ ਉਹ ਇਸ ਦਿਨ ਨੂੰ ਬੜੀ ਸ਼ੁਭ ਤਗੜੇ ਤਰੀਕੇ ਨਾਲ ਮਨਾਉਣ ਔਰ ਇੱਥੇ ਜੋ ਆਉਣਾ ਚਾਹੁੰਦੇ ਨੇ ਅਸੀਂ ਸਾਰਾ ਪ੍ਰਬੰਧ ਕਰ ਰਹੇ ਹਾਂ ਜੋ ਤੁਸੀਂ ਉਰੇ ਆ ਸਕੋ ਔਰ ਸੁਲਤਾਨਪੁਰ ਲੋਧੀ ਵੀ ਉੱਥੇ ਜਾ ਕੇ ਇਹ ਜਿਹੜਾ ਸਾਡਾ ਨਵੰਬਰ ਦੇ ਵਿੱਚ ਗੁਰਪੁਰਬ ਆਉਣਾ ਹੈ ਉਹਦੇ ਵਿੱਚ ਤੁਸੀਂ ਸ਼ਾਮਿਲ ਹੋ ਸਕੋ ਔਰ ਨਾਲ ਦੀ ਨਾਲ ਫਿਰ ਤੁਸੀਂ ਕਰਤਾਰਪੁਰ ਕੋਰੀਡੋਰ ਜਿਹੜਾ ਹੈ ਉਹਦੇ ਰਾਹੀਂ ਜਾ ਕੇ ਕਰਤਾਰਪੁਰ ਸਾਹਿਬ ਤੁਸੀਂ ਉੱਥੇ ਵੀ ਮੱਥਾ ਟੇਕ ਸਕੋ ਔਰ ਮੈਂ ਆਸ ਕਰਦਾ ਤੁਹਾਨੂੰ ਕਿ ਤੁਸੀਂ ਅਰਦਾਸ ਕਰੋ ਅਕਾਲ ਪੁਰਖ ਨੂੰ ਕਿ ਆਪਣੇ ਦੇਸ਼ ਨੂੰ ਔਰ ਆਪਣੇ ਪੰਜਾਬ ਨੂੰ